यो स्वागत है जी तुहाडा सारिआं दा अपने हरमन प्यारे प्रोग्राम 7 बजे वाली कुत्ते खाणी दे विच। मैं ना समझदा सी, मैं कहा भी आपां ना कुत्ते खाणी करदे आं व्लॉगरां दी, ते जिहड़ा इन्हां ने कल नूं कुत्ता कम करना वे है ना, भी इन्हां ने मैं जिहड़ा कहिंदा सी अपने व्लॉग वीडियो दे विच कि इन्हां ने ब्रावां वी दिखाणियां, अंडरगारमेंट्स दिखाणे ने, चुम्मियां वी इन्हां ने शरेआम लैण लग पैणियां। तो मैं कहता है भी जी इन्होंने कल काम करना कि उन्हें अज इन्हें कुत्ते खानी करके थोड़ी जी लगाम ला दी इन्हों, भी जेडे इदा कुत्ते काम ना कर। पर मैनू तो भरावान ने मैसेज भेजे ने, वो कहते भरा मेरे तू कि भुलिया फिरदा, इन्होंने तो 2 साल पहले कुत्ते काम कर छेडे ने। मैं की कहना मतलब तेरा, कहते कहना मतलब साढ़ा है कि यह भरावान ऑलरेडी वेच चुकिया ने। वेच चुकिया? मैं क्या कहते हाँ भरा वेच चुकिया ने, वेच चुके नहीं वेच चुकिया ने, तो भी कुड़िया आ वेख लो, आ दूसरी वेखो, आ जिहड़ी दूसरी सिखां दी कुड़ी, की कहोगे इहनूं हुण तुसीं? क्यों साडा जदों साडे जोक बनदे ने सरदारां ते, क्यों ना बनाण, क्यों ना बनाण? मैनूं पहलां दस्सो तुसीं क्यों ना बनाण? अगले मौका कौन दिंदे? असीं दिंदे आ ना, बनाओ भरा मेरा, बनाओ साडे जोक, बनाओ साडी घरों रज के बेइज्जती करो, क्योंकि सानूं ते लगनी नहीं। असीं अपने बंदिआं नूं खुद नहीं कहिंदे, रोकदे नहीं असीं, असीं ते उहनां नूं जा कहिंदे बंब वीरे सिरा ਵੀਰੇ ਚੱਕ ਦੇ ਵੀਰੇ, ਸਾਡਾ ਤਾਂ ਦਿਲ ਨਹੀਂ ਲੱਗਦਾ। ਉਹ ਇੱਕ ਵਲੋਗਰ ਨੇ ਆਏ, ਵਲੋਗ ਜਿਹੜੇ ਬਣਾਉਂਦੇ ਨੇ ਆਸਟ੍ਰੇਲੀਆ ਵਾਲੇ, ਪਤਾ ਨਹੀਂ ਕਿਹੜੀ ਜ਼ੁਬਾਨ ਯਾਰ ਉਹਨਾਂ ਨੂੰ ਲੱਗੀ ਵੇ, ਯਾਰ ਕਮ ਸੇ ਕਮ 24 ਘੰਟੇ ਤਾਂ ਆਪਣੀ ਜ਼ੁਬਾਨ 'ਤੇ ਟਿਕ ਜਿਆ ਕਰੋ। 24 ਘੰਟੇ 24 ਘੰਟੇ ਵੀ ਨਹੀਂ ਯਾਰ ਟਿਕ ਸਕਦੇ, ਪਿਛਲੇ ਅਜੇ ਤੱਕ 24 ਘੰਟੇ ਨਹੀਂ ਸੀ ਹੋਏ। ਉਹਨਾਂ ਨੂੰ ਵਾਅਦਾ ਕੀਤਾ ਵੀ ਹੁਣ ਅਸੀਂ ਇੱਕ ਦਿਨ ਛੱਡ ਕੇ ਵਲੋਗ ਬਣਾਇਆ ਕਰਾਂਗੇ। ਗਾਈਸ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ, ਤੁਸੀਂ ਸਾਨੂੰ ਕਮੈਂਟ ਕਰਨ ਲੱਗ ਪਏ, ਸਾਨੂੰ ਬੇਵਫਾ ਕਿਹਾ ਵੀ ਤੁਸੀਂ ਬੇਵਫਾ ਵੋ, ਸਾਨੂੰ ਤਾਂ ਪਹਿਲਾਂ ਤੁਸੀਂ ਆਦਤ ਪਾ ਛੱਡੀ ਆਪਣੇ ਵਲੋਗਾਂ ਦੀ। ਤਾਂ ਹੀ ਤਾਂ ਮੈਂ ਕਹਿੰਦਾ ਇਹ ਐਡਿਕਸ਼ਨ ਹੈ, ਇਹ ਡਰੱਗਸ ਤੋਂ ਭੈੜੀ ਐਡਿਕਸ਼ਨ ਹੈ। ਤੁਹਾਡੀ ਮਾਂ ਦੀ ਭੈਣ ਦੀ ਚੌਦੋ, ਤੁਹਾਡੀ ਮਾਂ ਦੀ ਭੈਣ ਦੀ ਚੌਦ, ਭੈਣ ਭੈਣ ਚੌਦਾਂ ਦੇ ਗੁੱਸਾ ਹੀ ਬੜਾ। ਬਰਾਵਾਂ ਵੇਚਦੀਆਂ ਪਈਆਂ ਨੇ, ਓਏ ਬਰਾਵਾਂ ਵੇਚਦੀਆਂ ਪਈਆਂ, ਆਹ ਵੇਖੋ ਆਹ ਚੁੰਮੇ ਲੈਂਦੇ ਪਏ ਨੇ, ਆਹ ਚੁੰਮੀਆਂ ਆਪਣੀ ਘਰ ਵਾਲੀ ਸ਼ਰਿਆਮ ਸ਼ਰਿਆਮ ਦਿਖਾ ਰਹੇ ਨੇ। ਆਹ ਵੇਖ ਲਓ, ਦੇਖ ਲਓ ਭਰਾ ਮੇਰੇ, ਉਹ ਤੁਹਾਡੀ ਮਾਂ ਦੀ, ਤੁਹਾਡੀ ਤੁਹਾਡੀ ਭੈਣ ਦੀ, ਤੁਹਾਡੀ ਦੇ ਬਹੁਤ ਗੰਦ ਪਾ ਚੁੱਕੇ ਨੇ, ਇਹ ਤਾਂ ਔਲਰੇਡੀ ਗੰਦ ਪਾ ਚੁੱਕੇ ਨੇ, ਬਹੁਤ ਗੰਦ ਪਾ ਰਹੇ ਨੇ। ਇੱਕ ਬੰਦਾ ਆ ਕੇ ਬੜੀਆਂ ਕਹਿ ਰਿਹਾ ਮਿਰਚ ਤਾਂ ਲੱਗੀ ਏ, ਮਿਰਚ ਤਾਂ ਲੱਗੀ ਏ। ਪਹਿਲੀ ਗੱਲ ਉਹ ਫੁੱਦੂ ਬੰਦਿਆ, ਤੇਰੀ ਤਾਂ ਮੈਂ ਬੜੀ ਸੋਹਣੇ ਪੱਧਰ 'ਤੇ ਇੰਟਰਨੈਸ਼ਨਲ ਪੱਧਰ 'ਤੇ ਤੂੰ ਮੋਸਟ ਅਵੇਟਡ ਹੈ, ਤੁਸੀਂ ਮੋਸਟ ਅਵੇਟਡ ਕਪਲ ਹੋ ਇਸ ਸ਼ੋਅ ਦਾ, ਅਤੇ ਮੈਂ ਕਹਿੰਦਾ ਥੋੜ੍ਹੇ ਜਿਹੇ ਬੰਦੇ ਹੋਰ ਜੋੜ ਲੈਣ ਦਿਓ ਤੁਹਾਡੀ, ਅਤੇ ਮੇਰੇ ਕੋਲ ਪ੍ਰੂਫ ਪਏ ਨੇ ਇਹਨਾਂ ਦੀ ਜ਼ੁਬਾਨ, ਤੁਹਾਨੂੰ ਦੱਸਾਂਗਾ ਕਿੰਨੀ ਕੁ ਸੋਹਣੀ ਜ਼ੁਬਾਨ ਹੈ। ਫੈਮਿਲੀ ਵਲੋਗ ਬਣਾਉਣ ਵਾਲਿਆਂ ਦੀ ਜ਼ੁਬਾਨ ਤੁਹਾਨੂੰ ਦੱਸਾਂਗਾ ਕਿੱਡੀ ਸੋਹਣੀ ਜ਼ੁਬਾਨ ਬੋਲਦੇ ਨੇ। ਕਿਸੇ ਨੂੰ ਕਹਿੰਦੇ, ਲੋਕਾਂ ਨੂੰ ਕਹਿੰਦੇ ਨੇ ਤੁਹਾਡੀਆਂ ਮੈਂ ਕੁੜੀਆਂ ਚੁਕਾ ਦਾਣੀਆਂ ਨੇ, ਤੁਹਾਡੀ ਘਰ ਵਾਲੀ ਪਤਾ ਸਾਨੂੰ ਕਿੱਥੇ ਕੰਮ ਕਰਦੀ ਹੈ। ਮੋਸਟ ਅਵੇਟਡ ਜਿਹੜੀ ਜੋੜੀ ਨਾ, ਤੁਹਾਨੂੰ ਮੈਂ ਉਹਦੀ ਜ਼ੁਬਾਨ ਦੱਸਾਂਗਾ ਕਿੰਨੀ ਸੋਹਣੀ ਜ਼ੁਬਾਨ ਇਹਦੀ। ਚਲੋ ਛੱਡੋ ਇਹਨਾਂ ਦੀ, ਤਾਂ ਮੈਂ ਜਿਹੜੀ ਕੁੱਤੇ ਖਾਣੀ ਕਰਨੀ ਜੀ, ਛੱਡੋ ਤੁਸੀਂ, ਅੱਜ ਦਾ ਟੋਪਿਕ ਨਹੀਂ ਆਇਆ ਸਾਡਾ। ਗਿਆਨੀ ਵੇਖੋ, ਗਿਆਨੀ ਆ ਕੋਈ ਅਕਲ ਨੂੰ ਹੱਥ ਮਾਰ ਯਾਰ, ਇਹਦਾ ਇਹਦੇ ਜੱਥੇ ਨੂੰ ਨਾ ਮੇਰੀ ਵੀਡੀਓ ਭੇਜੋ ਇਹਨਾਂ ਦਾ ਯਾਰ, ਫਿਰ ਮੈਨੂੰ ਨਾ ਫਿਰ ਲੋਕਾਂ ਨੇ ਕਹਿਣਾ ਵੀ ਤੂੰ ਇਹਨਾਂ 'ਤੇ ਜਾਣਾ ਵੇ। ਗਿਆਨੀਆਂ ਤੇਰੀ ਜਿਹੜੀ ਫੌਜਣ ਹੈ ਨਾ, ਜਿਹੜੀ ਤੁਹਾਡੀ ਫੌਜਣ ਹੈ, ਉਹਦੀਆਂ ਲੱਤਾਂ ਖੋਲ੍ਹ ਕੇ ਨਾ ਹੁਣ ਮੈਂ, ਅਤੇ ਉਹਦੇ ਲੱਤਾਂ ਦੇ ਵਿੱਚ, ਇਹ ਫੌਜਣ ਦੇ ਲੱਤਾਂ ਦੇ ਵਿੱਚ ਥੋੜ੍ਹਾ ਜਿਹਾ ਮੈਂ ਥੁੱਕ ਵੀ ਸੱਟਿਆ, ਆਹ ਜੁੱਤੀਆਂ ਫੌਜਣ ਦੇ ਵੱਜ ਰਹੀਆਂ ਨੇ। ਪੁੱਛੋ ਕਿਉਂ ਵੱਜ ਰਹੀਆਂ ਫੌਜਣ ਦੇ, ਮੇਰਾ ਕੋਈ ਦਿਮਾਗ ਨਹੀਂ ਖਰਾਬ ਹੋਇਆ, ਮੈਂ ਫੌਜਣ ਦੇ ਜੁੱਤੀਆਂ ਮਾਰਾਂਗਾ, ਫਿੱਲਾ ਵੀ ਮਾਰਦੀ ਹੈ ਮਾੜਾ ਜਿਹਾ। ਇਹ ਫੌਜਣ ਦੇ ਲੱਤਾਂ ਦੇ ਵਿੱਚ ਵੱਜ ਰਹੀਆਂ, ਪੁੱਛੋ ਕਿਉਂ ਵੱਜ ਰਹੀਆਂ ਨੇ, ਪਤਾ ਕਿਉਂ ਵੱਜ ਰਹੀਆਂ ਨੇ? ਕਿਸੇ ਦੀ ਮਾਂ ਨੂੰ ਮੈਨੂੰ ਪਤਾ ਗਾਲ ਨਹੀਂ ਕੱਢਣੀ ਚਾਹੀਦੀ, ਪਰ ਕਿਉਂ ਵੱਜ ਰਹੀਆਂ ਨੇ? ਉਹਨੇ ਉਸ ਉਹ ਔਰਤ ਨੇ ਉਹਨੂੰ ਮੈਂ ਕੀ ਗਾਲ ਕੱਢਾਂ ਫਿਰ, ਮੈਨੂੰ ਜਾਂ ਉਹਨੂੰ ਜੁੱਤੀਆਂ ਮਾਰਾਂਗਾ, ਮੈਂ ਗਾਲ ਨਹੀਂ ਕੱਢਣੀ। ਫੌਜਣ ਲੱਤਾਂ ਥੋੜ੍ਹੀ ਖੋਲ੍ਹ ਲੱਤਾਂ ਫੌਜਣ ਲੱਤਾਂ ਹੋਲ, ਇਹਨੇ ਆਪਣੇ ਗਿਆਨੀ ਮੁੰਡੇ ਨੂੰ ਤਾਂ ਛੱਡੋ, ਆਪਣੇ ਦੋਨਾਂ ਮੁੰਡਿਆਂ ਨੂੰ ਇੰਨੀ ਅਕਲ ਨਹੀਂ ਸਿਖਾਈ ਵੀ ਸੱਚ ਬੋਲਣਾ ਵੇ। ਚਲੋ ਘਰ ਦੇ ਵਿੱਚ ਯਾਰਾਂ ਦੋਸਤਾਂ 'ਚ ਝੂਠ ਚੱਲ ਪੈਂਦਾ, ਬੰਦਾ ਮਜ਼ਾਕ 'ਚ ਝੂਠ ਬੋਲਦਾ, ਉਦਾਂ ਝੂਠ ਬੋਲਦਾ ਬੋਲੋ, ਪਰ ਜਦੋਂ ਅਸੀਂ ਯੂਟਿਊਬਰ ਬਣ ਜਾਂਦੇ ਹਾਂ ਨਾ, ਸਾਡੀ ਕੋਈ ਸਮਾਜ ਦੇ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਅਸੀਂ ਝੂਠ ਨਾ ਬੋਲੀਏ। ਸ਼ਰਮ ਝੂਠ, ਅੱਖਾਂ ਚੱਖਾਂ ਪਾ ਕੇ ਝੂਠ ਭੈਣ ਚੋਦ ਬੋਲਦੇ ਨੇ, ਹਾਊਸ ਟੂਰ ਕਰਾਉਂਦੇ ਨੇ ਜੇ ਐਡਾ ਹੀ ਸੀ ਸਾਲਿਆ। ਜਦੋਂ ਪ੍ਰੋਪਰਟੀ ਡੀਲਰ ਦੀ ਵੀਡੀਓ ਬਣਾਈ, ਜਿਹੜੀ ਪਿਛਲੀ ਵੀਡੀਓ ਜਦੋਂ ਇਹਨੇ ਕਿਹਾ ਵੇ ਪ੍ਰੋਪਰਟੀ ਡੀਲਰ ਨੂੰ,
ਵੀ ਆ ਭਾਅ ਜੀ ਨਾਲ ਕੰਟੈਕਟ ਕਰ ਲਏ ਉਹਨੂੰ ਘਰ ਬਾਰੇ, ਉਹਨੂੰ ਤੂੰ ਕਹਿ ਉਹਨੂੰ ਕਿਉਂ ਨਹੀਂ ਕਿਹਾ ਵੀ ਭਾਅ ਜੀ ਹੁਣ ਸਾਡਾ ਘਰ ਤੁਸੀਂ ਵੇਚਿਓ ਜਲਦੀ ਵੇਚਿਓ, ਹੈਂ ਵੀ ਤੇਰਾ ਘਰ ਹੈ ਹੀ ਨਹੀਂ, ਤੇਰੇ 'ਚ ਇੰਨਾ ਦਮ ਨਹੀਂ ਤੂੰ ਉਹਨੂੰ ਕਹਿ ਸਕੇ ਉਸ ਪ੍ਰੋਪਰਟੀ ਡੀਲਰ ਨੂੰ ਵੀ ਇਹ ਮੇਰਾ ਘਰ ਵੇਚ ਦਿਓ, ਕਿਉਂਕਿ ਤੇਰਾ ਘਰ ਨਹੀਂ ਹੈ, ਛੱਤ ਸਾਲਿਆਂ ਦੀ ਗਲੀ ਫਿਰਦੀ ਹੁਣ ਪਰ ਸੋਚ ਸੋਚ ਸਾਲਿਆ, ਤੇਰੇ ਪਿਓ ਨੂੰ ਕਿੱਦਾਂ ਪਤਾ ਲੱਗਾ ਛੱਤ ਗਲੀ ਉਹਦੀ, ਸੋਚ ਤੇਰੇ ਘਰੋਂ ਭੈਣ ਚੋਦਾ ਤੇਰੀ ਘਰ ਵਾਲੀ ਖਬਰਾਂ ਦਿੰਦੀ, ਤੇਰੀ ਮੈਂ ਮਾਂ ਦੀ ਭੈਣ ਚੋਦਾ ਤੇਰੇ ਘਰੋਂ ਮੈਂ ਖਬਰਾਂ ਕੱਢ ਕੇ ਲਿਆ, ਤੇਰੀ ਮੈਂ ਭੈਣ ਨੂੰ ਮੁੱਛੜਾ, ਤੇਰੀ ਮੈਂ ਮਾਂ ਦੀ ਤੇਰੀ ਦੀ ਫੋਜਣ ਫੋਜਣ ਦੀ ਲੱਤਾਂ ਖੋਲ ਕੇ ਭੈਣ ਚੋਦਾ ਨੇ ਗੰਦ ਪਾਇਆ ਯਾਰ ਇਸ ਟੱਬਰ ਨੇ, ਅੱਖਾਂ ਚੱਖਾਂ ਪਾ ਕੇ ਝੂਠ ਬੋਲਦਾ, ਕਹਿੰਦਾ ਘਰ ਸਾਡਾ ਤੇਰੀ ਭੈਣ ਨੂੰ ਘਰ ਤੇਰਾ ਨਹੀਂ ਹੈ, ਤੇਰਾ ਘਰ ਨਹੀਂ ਹੈ, ਜਿਹੜਾ ਬੰਦੇ ਦਾ ਘਰ ਹੁੰਦਾ ਨਾ ਉਹ ਪ੍ਰੋਪਰਟੀ ਡੀਲਰ ਨਹੀਂ ਪਾਉਂਦਾ, ਉਹ ਜਿਹੜੇ ਬੰਦੇ ਹਾਂ ਪ੍ਰੋਪਰਟੀ ਡੀਲਰ ਉਹ ਬੰਦਾ ਪਾਉਂਦਾ ਵੇ ਜਿਹੜੇ ਬੰਦੇ ਨੂੰ ਕੋਈ ਜਾਣਦਾ ਨਹੀਂ ਹੁੰਦਾ, ਉਹ ਬੰਦਾ ਜਾਂ ਬਿਜ਼ੀ ਹੁੰਦਾ ਜਿਹੜਾ ਬੰਦਾ ਉਹ ਕਹਿੰਦਾ ਪ੍ਰੋਪਰਟੀ ਡੀਲਰ ਨੂੰ ਹਾਇਰ ਕਰਦਾ ਵੇ, ਹਾਂ ਵੀ ਪ੍ਰੋਪਰਟੀ ਡੀਲਰ ਸਾਹਿਬ ਮੇਰਾ ਟਾਈਮ ਨਹੀਂ ਲੱਗਦਾ ਜਾਂ ਮੈਨੂੰ ਦੁਨੀਆ ਜਾਣਦੀ ਨਹੀਂ ਵੀ ਮੈਂ ਤੁਹਾਨੂੰ ਜਿੰਨਾ ਪ੍ਰੋਫਿਟ ਹੋਇਆ 5% 10% ਦੇਵਾਂਗਾ ਕਿਉਂਕਿ ਮੈਨੂੰ ਦੁਨੀਆ ਨਹੀਂ ਜਾਣਦੀ, ਤੁਸੀਂ ਗਾਹਕ ਲੈ ਕੇ ਉਹ ਆਪਾਂ ਘਰ ਵੇਚਦੇ ਹਾਂ, ਇਹ ਤਾਂ ਹੋ ਗਈ ਪ੍ਰੋਪਰਟੀ ਡੀਲਰ ਨੂੰ ਹਾਇਰ ਕਰਨ ਦੀ ਗੱਲ, ਅਤੇ ਜਿਸ ਬੰਦੇ ਨੂੰ ਆਲਰੇਡੀ ਨਹੀਂ ਦੁਨੀਆ ਜਾਣਦੀ ਉਹਨੇ ਉਹਨੇ ਪ੍ਰੋਪਰਟੀ ਡੀਲਰ ਨੂੰ ਹਾਇਰ ਕਰਕੇ ਕੀ ਕਰਨਾ ਹੈ, ਉਹਨੇ ਤਾਂ ਯੂਟਿਊਬ 'ਤੇ ਬਣੀ ਇੱਕ ਵੀਡੀਓ ਪਾਉਣੀ ਹੈ, ਹਾਂ ਵੀ ਮਿੱਤਰ ਮੈਂ ਘਰ ਵਿੱਚ ਲੱਗਾ ਵੀ ਆ ਜਾਓ ਘਰ ਜਿਹਨੇ ਲੈਣਾ ਵੇ, ਉਹ ਪ੍ਰੋਪਰਟੀ ਡੀਲਰ ਨੂੰ 5-10% ਆਪਣਾ ਮੁਨਾਫਾ ਕਿਉਂ ਦੇਗਾ, ਉਹ ਇਸੇ ਕਰਕੇ ਦੇਗਾ ਕਿਉਂਕਿ ਕਹਿੰਦਾ ਘਰ ਹੀ ਨਹੀਂ ਆਇਆ, ਤੇਰੀ ਭਾਣ ਨੂੰ ਐਡਾ ਵੱਡਾ ਝੂਠ, ਉਹ ਤੂੰ ਗਿਆਨੀ ਆ ਚੱਕ ਆਪਣਾ ਨਾ ਜਿਹੜਾ ਚੱਕ ਉਹ ਕੋਡਾ ਇਹਦਾ ਚੱਕਿਆ, ਇਮੈਜਿਨ ਕਰ ਉਹਨੂੰ ਚੱਕਿਆ ਕੀ ਪਿੱਛੋਂ, ਹਾਂ ਨਿਕਲ ਗਿਆ ਤੇਰੀ ਭੈਣ ਨੂੰ, ਤੇਰੀ ਭੈਣ ਨੂੰ ਗਿਆਨੀਆਂ 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 ਤੇਰਾ ਬੁੜਾ ਵੇਖੀ ਹੁਣ ਤੇਰਾ ਇਹ ਫੌਜੀ ਨੂੰ ਵੀ ਮੈਂ ਪੁੱਠਾ ਕਰ ਲਿਆ ਹੁਣ, ਫੌਜੀ ਆ ਹੋ ਕੋਡਾ ਫੌਜੀ ਨੂੰ ਵੀ ਮੈਂ ਅੱਜ ਇਹਨਾਂ ਦੇ ਕੁੱਤੇ, ਤੁਸੀਂ ਕਹਿ ਰਹੇ ਮਾਂ ਪਿਓ ਨੂੰ ਕਿਉਂ ਲੈ ਕੇ ਆਉਂਦਾ ਪਿਆ ਵਿੱਚ, ਪਹਿਲੀ ਗੱਲ ਤਾਂ ਆਪਣੇ ਮਾਂ ਪਿਓ ਆਪ ਪੇਸ਼ ਕਰਦੇ ਨੇ, ਜੇ ਐਡੇ ਇਹ ਐਡੇ ਹੀ ਖਾਨਦਾਨੀ ਨਾ ਤਾਂ ਕਿਉਂ ਆਪਣੇ ਮਾਂ ਪਿਓ ਨੂੰ ਗੇ ਕਰਨਾ ਤੁਸੀਂ ਜੁੱਤੀਆਂ ਖਾਣ ਵਾਸਤੇ, ਹੈ ਨਾ ਦੂਸਰੇ ਨੰਬਰ 'ਤੇ ਇਹਨਾਂ ਦਾ ਮਾਂ ਪਿਓ ਦਾ ਕਸੂਰ ਇਹ ਵੇ ਕਿ ਪੂਰੇ ਪੰਜਾਬ ਨੂੰ ਝੂਠ ਬੋਲ ਰਹੇ ਨੇ, ਪੂਰੇ ਪੰਜਾਬ ਨੂੰ ਜਿਹੜੇ ਤਾਂ ਪੰਜਾਬ ਵਾਲੇ ਨਹੀਂ ਜਾਂਦੇ, ਆਪਣੇ ਕੈਨੇਡਾ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਪੁੱਛ ਲਓ ਵੀ ਇਹ ਘਰ ਦੀ ਕੀ ਹਕੀਕਤ ਹੈ, ਤੁਹਾਨੂੰ ਦੱਸ ਦੇਣਗੇ ਵੀ ਇਹ ਘਰ ਨਹੀਂ ਹੈ ਇਹਨਾਂ ਦਾ, ਉਹ ਵੀ ਤੁਹਾਨੂੰ ਦੱਸਣਗੇ, ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਪੁੱਛ ਲਓ ਵੀ ਇਹ ਘਰ ਦੀ ਕੀ ਸੱਚਾਈ ਹੈ, ਤੁਹਾਨੂੰ ਦੱਸ ਦੇਣਗੇ, ਕੈਨੇਡਾ ਵਾਲੇ ਸਾਰਿਆਂ ਨੂੰ ਪਤਾ ਵੇ ਕਿ ਘਰ ਇਹਨਾਂ ਦਾ ਹੈ ਹੀ ਨਹੀਂ, ਅਤੇ ਇਹ ਪੰਜਾਬ ਵਾਲਿਆਂ ਨੂੰ ਫੁੱਦੂ ਬਣਾ ਰਹੇ ਨੇ, ਅਸੀਂ ਆਪਣੇ ਭੈਣ ਭਰਾਵਾਂ ਨੂੰ ਫੁੱਦੂ ਨਹੀਂ ਬਣਨ ਦੇਣਾ, ਨਹੀਂ ਬਣਨ ਦੇਣਾ, ਜਿੰਨੇ ਤੱਕ ਤੁਹਾਡਾ ਭਰਾ ਵੇ ਤੁਹਾਨੂੰ ਤਾਂ ਨਹੀਂ ਫੁੱਦੂ ਬਣਨ ਦਿੰਦਾ ਮੈਂ ਇਹਨਾਂ ਦੀ, ਮੈਂ ਭੈਣ ਨੂੰ ਹਾਂ ਵੀ ਫੌਜੀ ਆਓ ਕੋਡਾ ਓ ਕੋਡਾ ਓ ਕੋਡਾ ਤੇਰੀ ਭੈਣ ਨੂੰ, ਬਹੁਤ ਗੰਦ ਪਾਇਆ ਇਹਨਾਂ ਨੇ, ਹੁਣ ਤੁਹਾਨੂੰ ਨਾ ਮੈਂ ਆਸਟ੍ਰੇਲੀਆ ਵਾਲਿਆਂ ਦਾ ਨਾ ਇੱਕ ਕਮੈਂਟ ਦਿਖਾਉਣਾ, ਬਾਕੀ ਇਹ ਪੂਰਾ ਕਮੈਂਟ ਨਾ ਜਿਹੜਾ ਬਿਨਾਂ ਇਹਦੇ ਤੂੰ ਬਲਰ ਕੀਤੇ ਤੂੰ ਇਹ ਪੂਰਾ ਕਮੈਂਟ ਮੇਰੇ ਕੋਲ ਇੰਸਟਾਗ੍ਰਾਮ 'ਤੇ ਮੰਗ ਲਿਓ, ਮੈਂ ਤੁਹਾਨੂੰ ਦਿਖਾ ਦਾਂਗਾ ਇਹ ਉਹਨਾਂ ਇਹਨਾਂ ਦਾ ਕਮੈਂਟ ਹੈ, ਵੇਖੋ ਕੋਈ ਬੰਦਾ ਇਹਨਾਂ ਨੂੰ ਪੁੱਛ ਰਿਹਾ ਵੇ ਕਿ ਤੁਸੀਂ ਜਿਹੜੇ ਨੇ ਆਪਣੇ ਕੱਪੜੇ ਦਾਨ ਵਾਕਿਆ ਇੱਕ ਵਾਰੀ ਪਾ ਕੇ ਕਰ ਦਿੰਦੇ ਹੋ, ਅਤੇ ਕਹਿੰਦੀ ਵੀ ਨਹੀਂ ਮੈਂ ਇੱਕ ਵਾਰੀ ਪਾ ਕੇ ਕੱਪੜੇ ਦਾਨ ਨਹੀਂ ਕਰਦੀ ਪਰ ਮਤਲਬ ਕਿ 2-3 ਵਾਰੀ ਪਾ ਕੇ ਦਾੜ ਕਰ ਦਿੰਦੀ, ਯਾਰ ਕਿੰਨੇ ਫਨੀ ਬੰਦੇ ਯਾਰ ਤੁਸੀਂ, ਮੈਨੂੰ ਉਹ ਮੇਰੀ ਗੱਲ ਸੁਣੋ, ਤੁਹਾਨੂੰ ਨਾ ਲੋਕ ਪੰਜਾਬੀ ਸੂਟ ਪਤਾ ਕਿਉਂ ਭੇਜਦੇ ਨੇ, ਉਹ ਤੈਨੂੰ ਸਮਝਾਉਣਾ ਚਾਹੁੰਦੇ ਨੇ ਕਿ ਹੱਥ ਜੋੜੇ ਆ ਨਿਆਣੇ ਵਾਲੇ ਜਿਹੜੇ ਤੂੰ ਕੱਪੜੇ ਪਾਉਣੀ ਨਾ ਨਿੱਕੇ ਨਿੱਕੇ ਇੰਨਾ ਪਾਇਆ ਕਰ ਵੀ ਚੱਜ ਦੇ ਸੂਟ ਪੰਜਾਬੀ ਸੂਟ ਪਾਇਆ ਕਰ, ਤੈਨੂੰ ਤਾਂ ਭੇਜਦੇ ਨੇ, ਤੇਰੇ ਅਕਲ 'ਤੇ ਜਿਹੜੀ 'ਤੇ ਪੜਦਾ ਪਿਆ ਨਾ ਤੂੰ ਸਮਝਦੀ ਹੈ ਘਰ, ਮੈਨੂੰ ਭੇਜਦੇ ਨੇ ਮਸ਼ਹੂਰੀ ਕਰਾਉਣ ਵਾਸਤੇ, ਇਹ ਤੈਨੂੰ ਮਸ਼ਹੂਰੀ ਕਰਾਉਣ ਵਾਸਤੇ ਨਹੀਂ ਤੇਰੇ ਵਾਸਤੇ ਭੇਜਦੇ ਨੇ ਵੀ ਪੰਜਾਬ ਏ ਪੰਜਾਬੀ ਹੈ ਤੂੰ ਸਿੱਖਾਂ ਦੀ ਧੀ ਨੇ ਵੀ ਆਹ ਸੂਟ ਪਾਇਆ ਕਰ ਪੰਜਾਬੀ, ਵੀ ਆ ਨਿਆਣਿਆਂ ਦੇ ਬੱਚੇ ਕੱਪੜੇ ਉਹ ਪਿਛਲੀ ਵੀਡੀਓ 'ਚ ਨਾ ਉਹ ਇੱਕ ਦੀ ਸਹੇਲੀ ਨਹੀਂ ਜਿਹੜੀ ਦੇ ਨਾਲ ਹੁੰਦੀ ਹੈ ਅਸਦੀ ਵੀ ਕਿੱਦਾਂ ਅੱਖਾਂ ਥੋੜ੍ਹੀ ਨਾ ਖੋਲ੍ਹ ਕੇ ਸਿਆ ਕਰ, ਅਤੇ ਇਸ ਨੂੰ ਕਿੰਨਾ ਡਰ ਏ ਵੀ ਇਹ ਜਿਹੜੀ ਮੇਰੀ ਸਹੇਲੀ ਨਾ ਕਿਤੇ ਆਪਣਾ ਯੂਟਿਊਬ ਚੈਨਲ ਬਣਾ ਕੇ ਨਾ ਅੱਗੇ ਨਾ ਆ ਜਾਏ, ਅਤੇ ਉਹਨਾਂ ਨੂੰ ਕਹਿੰਦੀ ਗਾਇਸ ਇਹਨੂੰ ਯੂਟਿਊਬ ਚੈਨਲ ਬਣਾਉਣਾ ਪਸੰਦ ਨਹੀਂ ਹੈ, ਅੱਛਾ ਤੁਹਾਡੀ ਵੀਡੀਓ 'ਚ ਆਉਣਾ ਇਹਨੂੰ ਪਸੰਦ ਵੇ ਉੱਥੇ ਕਰਨਾ ਪਸੰਦ ਵੇ ਹੈਂ, ਅਤੇ ਉਹਨੂੰ ਆਪਣਾ ਯੂਟਿਊਬ ਚੈਨਲ ਬਣਾਉਣਾ ਪਸੰਦ ਨਹੀਂ, ਕਿਉਂਕਿ ਜੇ ਉਹਨੇ ਯੂਟਿਊਬ ਚੈਨਲ ਬਣਾ ਲੈਣਾ ਤਾਂ ਤੁਹਾਡੀ ਤਾਂ ਆਡੀਅੰਸ ਘੱਟ ਜਾਣੀ ਹੈ, ਇਸ ਕਰਕੇ ਇਹਨੂੰ ਡਰ ਹੈ, ਠੀਕ ਹੈ ਤਾਂ ਯੂਟਿਊਬ ਚੈਨਲ ਨਹੀਂ ਬਣਾਉਂਦੇ, ਤਾਂ ਕਹਿੰਦੀ ਵੀ ਉਹਨੂੰ ਆਪਣੇ ਨਾ ਯੂਟਿਊਬ ਚੈਨਲ ਬਣਾਉਣਾ ਪਸੰਦ ਨਹੀਂ ਹੈ, ਕਿਹਨੂੰ ਫੁੱਦੂ ਬਣਾਉਣੀ ਤੂੰ, ਕਿਹਨੂੰ ਫੁੱਦੂ ਬਣਾਉਂਦੇ ਯਾਰ, ਆਪਣੀ ਇਹਨਾਂ ਦੀ ਗੱਲ ਛੱਡੋ, ਤੁਹਾਡੀ ਮੈਂ ਇੱਕ ਹੋਰ ਗੱਲ ਸੁਣਨਾ, ਵੇਖੋ ਸਾਡੀ ਮਾਨਸਿਕਤਾ ਕਿੱਥੇ ਤੱਕ ਗੁਜ਼ਰ ਗਈ, ਵੈਸੇ ਇਹਨਾਂ ਵਲੋਗ ਵਾਲਿਆਂ ਨੂੰ ਨਾ ਇਹਨਾਂ ਦੀ ਸਾਰੀਆਂ ਵੀਡੀਓ ਬਾਕੀ ਚੰਗੀਆਂ ਨੇ, ਗਰੀਬ ਪਰਿਵਾਰ ਹੈ ਕੁਛ ਠੀਕ ਜੋ ਵੀ ਹੈ, ਪਰ ਸਿਰਫ ਇਹਨਾਂ ਦੀ ਇੱਕ ਵੀਡੀਓ ਮੈਨੂੰ ਗੰਦੀ ਲੱਗੀ, ਆਹ ਵੇਖ ਲਓ ਇਹ ਭਰ ਕੇ ਵੇਖਿਓ, ਇਹ ਬੰਦਾ ਵੇਖੋ ਹੁਣ ਤੁਸੀਂ
ਕਿੱਥੇ ਤੱਕ, ਮੈਂ ਤੁਹਾਨੂੰ ਸਿਰਫ ਇੱਕ ਮਾਨਸਿਕਤਾ ਦੱਸਣੀ ਵੀ ਸਾਡੀ, ਸਾਨੂੰ ਇਹ ਗੱਲਾਂ ਆਮ ਲੱਗਦੀਆਂ ਨੇ ਵੀ ਅਸੀਂ ਇਹਨਾਂ 'ਤੇ ਹੁਣ ਟਿੱਪਣੀ ਵੀ ਨਹੀਂ ਕਰ, ਬੋਲਣਾ ਵੀ ਨਹੀਂ ਚਾਹੁੰਦੇ, ਸਾਨੂੰ ਪਤਾ ਨਹੀਂ ਹੈ ਕਿਉਂਕਿ ਸਹੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਹੈ। ਇਹ ਬੰਦਾ ਵੀ ਹੁਣ ਚਿਕਨ ਬਣਾਉਣਾ ਸਿਖਾ ਰਿਹਾ, ਚਿਕਨ ਬਣਾਉਣਾ ਸਿਖਾ ਰਿਹਾ ਵੇ, ਹੈ ਅਤੇ ਚਿਕਨ ਬਣਾਉਣ ਤੋਂ ਪਹਿਲਾਂ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਉਹ ਅਕਲ ਦੇ ਅੰਨੇ ਆ, ਕੀ ਸਾਡਾ ਧਰਮ ਏ, ਕੀ ਸਾਨੂੰ ਕੀ ਮਰਿਆਦਾ ਨੇ, ਹੈ ਜੁੱਤੀ ਤਾਂ ਤੇਰੇ ਬਣਦੀ ਹੈ। ਬਾਕੀ ਇਸ ਬੰਦੇ ਨੂੰ ਜਾ ਕੇ ਥੋੜ੍ਹਾ ਜਿਹਾ ਸਮਝਾ ਦਿਓ ਵੀ ਵੀਰ ਮੇਰੇ ਆਹ ਵੀਡੀਓ ਜਿਹੜੀ ਨਾ ਡਿਲੀਟ ਕਰ ਦੇ, ਬਾਕੀ ਦਾ ਚੈਨਲ ਠੀਕ ਹੈ, ਚੱਲ ਧੀਆਂ ਨੇ ਤੇਰੀਆਂ, ਹੈ ਨਾ ਵੀ ਤੂੰ ਪਾਲਦਾ ਪਿਆ, ਚੱਲ ਠੀਕ ਹੈ ਆਪਾਂ ਨਹੀਂ ਕੋਈ ਮਾੜਾ ਕਹਿੰਦੇ, ਪਰ ਇਹ ਵੀਡੀਓ ਜਿਹੜੀ ਨਾ ਵੇਖੋ ਮਾਨਸਿਕਤਾ ਕਿੱਥੇ ਤੱਕ, ਮੈਂ ਸਿਰਫ ਇਹ ਗੱਲ ਦੱਸਣੀ ਸੀ ਵੀ ਆਪਣਾ ਜਿਹੜਾ ਨਾ ਹਿਸਾਬ ਕਿਤਾਬ ਕਰ ਲਾ। ਹਾਂ ਮੈਂ ਤਾਂ ਹੁਣ ਆਹ ਨਾ ਜੀ, ਬੜੇ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਨਾ ਉਹਨਾਂ ਦੇ ਬੋਲੋ, ਕੈਨੇਡਾ ਇੱਕ ਹੋਰ ਫੈਮਿਲੀ ਹੈ ਉਹ ਹਿੰਦੀ 'ਚ ਵਲੋਗ ਬਣਾਉਂਦੇ ਨੇ, ਭਾਵੇਂ ਕਿ ਦਿੱਲੀ ਦੁਨੀਆਂ ਨੇ ਨਾ ਕੋਈ, ਹੈ ਨਾ ਕੋਈ ਦਿੱਲੀ ਦੂ ਟੱਬਰ ਹੈ, ਹਿੰਦੀ 'ਚ ਵਲੋਗ ਬਣਾਉਂਦੇ ਨੇ, ਟਰੈਵਲ ਵਲੋਗ ਬਣਾਉਂਦੇ ਨੇ, ਅਤੇ ਉਹ ਇੱਕ ਵਾਰੀ ਵੀ ਕਿਸਾਨੀ ਮੁੱਦੇ 'ਤੇ ਨਹੀਂ ਬੋਲੇ। ਮੈਂ ਪਤਾ ਨਹੀਂ ਕਿੰਨੀ ਕੁ ਆਪਣੀ ਵੀਡੀਓ 'ਚ ਨਾ ਉਹਨਾਂ ਨੂੰ ਬੜੀ ਵਾਰੀ ਪਿਆਰ ਨਾਲ ਸਮਝਾਇਆ ਵੇ, ਪਰ ਉਹ ਟੱਬਰ ਅਜੇ ਵੀ ਕਿਸਾਨੀ ਮੁੱਦੇ 'ਤੇ ਇੱਕ ਵਾਰੀ ਵੀ ਨਹੀਂ ਬੋਲਿਆ। ਹਾਲਾਂਕਿ ਉਹਨਾਂ ਦਾ ਮੁੰਡਾ ਜਿਹੜਾ ਵੇ, ਜਿਹੜਾ ਵਲੋਗ ਬਣਾਉਂਦਾ ਖੁਦ, ਜਿਹੜਾ ਚੈਨਲ ਦਾ ਮਾਲਕ ਹੈ, ਹੈ ਨਾ, ਉਹ ਬੰਦਾ ਹੁਣ 2 ਮਹੀਨੇ ਇੰਡੀਆ ਲਾ ਕੇ ਆਇਆ ਦਿੱਲੀ ਦੇ ਵਿੱਚ, ਅਤੇ ਇੱਕ ਵਾਰੀ ਵੀ ਕਿਸਾਨੀ ਧਰਨੇ 'ਚ ਨਹੀਂ ਗਿਆ, ਠੀਕ ਹੈ। ਅਤੇ ਉਸ ਤੋਂ ਬਾਅਦ ਉਹਦੇ ਭਰਾ ਅਤੇ ਭਰਜਾਈ ਨੇ ਵੀ ਚੈਨਲ ਬਣਾ ਲਿਆ, ਠੀਕ ਹੈ। ਅਤੇ ਉਹਦੀ ਭਰਜਾਈ ਬੜੀ ਸੋਹਣੀ ਵੇ, ਉਦੋਂ ਮੈਂ ਕਿਹਾ ਸੀ ਕਿ ਇਹਦੀ ਭਰਜਾਈ ਬੜੀ ਸੋਹਣੀ ਵੇ ਨਾ, ਅਤੇ ਮੈਂ ਚੱਕ ਲਿਆਉਣੀ, ਮੈਂ ਇੱਦਾਂ ਕਿਹਾ ਸੀ ਮਜ਼ਾਕ 'ਚ, ਅਤੇ ਮੰਗਤੇ ਨੂੰ ਬੜੀਆਂ ਮਿਰਚਾਂ ਲੱਗੀਆਂ ਸੀ, ਕਹਿੰਦਾ ਵੀ ਇਹ ਇਟਲੀ ਵਾਲਾ ਕਹਿੰਦਾ ਵੇ ਕਿ ਜੀ ਭਰਜਾਈ ਬੜੀ ਸੋਹਣੀ ਵੇਖੋ, ਕਹਿੰਦਾ ਸੋਚ ਬੰਦਿਆਂ ਦੀ। ਮੈਂ ਵੀ ਮੰਗਤੇ ਨੂੰ ਇਸ ਕਰਕੇ ਮਿਰਚਾਂ ਲੱਗੀਆਂ ਵੀ ਮੈਂ ਇਹਦੀ ਘਰਵਾਲੀ ਨੂੰ ਸੋਹਣੀ ਨਹੀਂ ਕਿਹਾ, ਵੀ ਉਹਨਾਂ ਨੂੰ ਕਾਹਤੋਂ ਸੋਹਣੀ ਕਿਹਾ ਵੇ, ਸਾਲੇ ਉਹ ਹੈ ਹੀ ਸੋਹਣੀ, ਅਤੇ ਮੈਂ ਕਿਹਾ ਉਹਨਾਂ ਨੂੰ ਸੋਹਣੀ ਕਹਾਂ, ਹੁਣ ਤੇਰੀ ਘਰਵਾਲੀ ਹੈ ਹੀ ਕੋਈ ਬਾਂਦਰੀ ਜੀ, ਅਤੇ ਮੈਂ ਕਿਹਾ ਤੂੰ ਉਹਨੂੰ ਕਹਾਂ ਵੀ ਉਹ ਸੋਹਣੀ, ਧੱਕੇ ਨਾਲ ਕਹੀ ਜਾਵਾਂ ਮੈਂ ਸੋਹਣੀ ਸੋਹਣੀ ਸੋਹਣੀ। ਉਹ ਵਾਕਈ ਉਹਦੀ ਭਰਜਾਈ ਸੋਹਣੀ ਹੈ, ਬੜੀ ਬੰਪੀ ਸੀ, ਮੈਂ ਹੁਣ ਵੀ ਕਹਿੰਦਾ ਬੜੀ ਬੰਪੀ ਸੀ, ਉਹ ਕੰਜਰ ਹੈ, ਕੰਜਰ ਨਹੀਂ ਹੈ ਪਰ ਹੈ ਬੜੀ ਸੋਹਣੀ ਹੈ, ਉਹਨਾਂ ਦੀ ਮਾਂ ਵੀ ਕੰਜਰ ਨਹੀਂ ਵੇ। ਇੱਕ ਵਾਰੀ ਕਿਸਾਨੀ ਮੁੱਦੇ 'ਤੇ ਨਹੀਂ ਬੋਲੇ, ਪਤਾ ਨਹੀਂ ਮੈਂ ਕਿੰਨੀ ਕੁ 70 ਵੀਡੀਓ ਬਣਾ ਛੱਡੀਆਂ, ਬੋਲ ਪੋ, ਪਰ ਉਹ ਕੰਜਰ ਟੱਬਰ ਬੋਲਿਆ ਨਹੀਂ। ਇੰਡੀਆ ਵੀ ਗਏ ਨੇ, ਉਹ ਕੰਜਰ ਟੱਬਰ ਤਾਂ ਵੀ ਨਹੀਂ ਬੋਲਿਆ, ਧਰਨੇ 'ਚ ਤਾਂ ਵੀ ਨਹੀਂ ਗਏ, ਐਡਾ ਕੰਜਰ ਟੱਬਰ ਤਾਂ ਆਪਣੇ ਆਪ ਨੂੰ ਪੰਜਾਬੀ ਘੁਆਉਂਦਾ। ਅਤੇ ਹੁਣ ਵੇਖੋ, ਪਹਿਲਾਂ ਤਾਂ ਉਹਦੀ ਮਾਂ, ਜਿਹੜੀ ਮਾਂ ਨਾ, ਜਿਹੜੀ ਮਾਂ ਉਹਦੀਆਂ ਮੈਂ ਲੱਤਾਂ ਚੋੜੀਆਂ ਕਰਕੇ ਨਾ ਦੇ ਵਿੱਚ ਥੁੱਕਿਆ, ਅਤੇ ਮਾਰੀਆਂ ਜੁੱਤੀਆਂ। ਫਿਰ ਹੁਣ ਉਹਦੀ ਜਿਹੜੀ ਭਰਜਾਈ ਹੈ, ਹੈ ਘਰ ਵੀ ਭਰਜਾਈ ਲੱਤਾਂ ਚੋੜੀਆਂ, ਹੁਣ ਉਹਦੀ ਭਰਜਾਈ ਦੇ ਲੱਤਾਂ 'ਚ ਮਾਰੀਆਂ ਮੈਂ ਫਿੱਲਾ ਦੇ ਬੂਟ। ਫਿਰ ਉਹ ਬੰਦਾ ਐਡਾ ਕੁ ਜਿਹੜਾ ਨਾ ਘਟੀਆ ਕਿਸਮ ਦਾ ਬੰਦਾ ਨਾ, ਉਹਨੇ ਵੇਖਿਆ ਕਿ ਨਿਊਜ਼ੀਲੈਂਡ ਵਾਲਾ ਗੋਰੀਆਂ ਲੈ ਕੇ ਆਉਂਦਾ ਵੀ, ਅਤੇ ਬੜੇ ਵਿਊ ਆਉਂਦੇ ਨੇ, ਅਤੇ ਮੈਂ ਕਿਉਂ ਨਾ ਗੋਰੀ ਲੈ ਕੇ ਆਵਾਂ। ਹੁਣ ਨਾ ਆਪਣੀ ਉਹ ਇੱਕ ਗੋਰੀ ਲੈ ਕੇ ਆਇਆ, ਗੋਰੀ ਹਾਇਰ ਕੀਤੀ ਉਹਨਾਂ ਨੇ, ਉਹਦੀ ਗੋਰੀ, ਉਹ ਨਾ ਉਹਦੀ ਗਰਲਫਰੈਂਡ ਹੈ ਨਾ ਉਹਦੀ ਘਰ ਵਾਲੀ ਹੈ, ਉਹਨੇ ਹਾਇਰ ਕੀਤੀ ਉਹ ਗੋਰੀ ਸਿਰਫ ਆਪਣੇ ਵਿਊ ਲੈਣ ਵਾਸਤੇ। ਸਾਲੇ ਜੀ ਕੋਈ 2-3 ਸਾਲ ਪਹਿਲਾਂ ਕੋਈ ਵੀ ਨਹੀਂ ਸੀ, ਭੈਣ ਚੋਦ ਨਾ ਗਰਲਫਰੈਂਡ ਸੀ, ਸਾਲਾ ਇੱਦਾਂ ਸ਼ਕਲ ਵਾਲੇ ਨੂੰ ਇਹਦੇ ਜਿਹੜੀ ਇੱਦਾਂ ਨੂੰ ਇੱਦਾਂ ਦੇ ਨਾਲ ਕੋਈ ਕੁੱਤੀ ਨਾ ਫਸੇ, ਇਹ ਜੀ ਤੁਸੀਂ ਆਪੇ ਸ਼ਕਲ ਵੇਖ ਲਿਓ, ਇੱਦਾਂ ਦੇ ਨਾਲ ਕੁੱਤੀ ਕੋਈ ਫਸਦੀ, ਅਤੇ ਗੋਰੀ ਨੇ ਇਹਦੇ ਨਾਲ ਸੈੱਟ ਹੋਣਾ ਸੀ। ਇਹ ਭੈਣ ਚੋਦ ਵੇ ਕਿੱਡਾ ਝੂਠ ਬੋਲਦਾ, ਸੱਚ ਨਹੀਂ ਨਾ ਕੁੱਤਿਆਂ ਨੇ ਦੱਸਣਾ ਵੀ ਅਸੀਂ ਇੱਥੇ ਕੈਨੇਡਾ ਦੇ ਵਿੱਚ ਪ੍ਰੋਪਰਟੀ ਲੈ ਲੱਗੇ ਹਾਂ, ਵੀ ਸਾਨੂੰ ਇੱਥੇ ਇੱਕ ਕੈਨੇਡੀਅਨ ਬੰਦੇ ਦੀ ਐਜ਼ ਏ ਗਰੰਟਰ ਜਿਹੜੀ ਵੀ ਲੋੜ ਪੈਣੀ ਹੈ, ਉਹ ਤਾਂ ਹਾਇਰ ਕੀਤੀ ਉਹਨਾਂ ਨੇ ਨਾ ਉਹ ਗੋਰੀ, ਅਤੇ ਉਹਨਾਂ ਨੂੰ ਵਲੋਗਾਂ 'ਚ ਵੀ ਲੈ ਕੇ ਆਉਣ ਲੱਗ ਪਏ ਨੇ, ਅਤੇ ਦੱਸਣ ਲੱਗ ਪਏ ਨੇ ਜੇ ਮੇਰੀ ਮਾਂ ਕੇ ਬਹੂ ਹੈ, ਜੇ ਹਮਾਰੀ ਕੈਨੇਡੀਅਨ ਬਹੂ। ਭੈਣ ਚੋਦ ਕੱਡਾ ਝੂਠ ਬੋਲਦੇ ਨੇ, ਇਹ ਝੂਠ ਬੋਲਣ 'ਤੇ ਸਾਰੇ ਟੱਬਰ ਦੀ ਮਾਂ, ਭੈਣ ਦੀ ਤੁਹਾਡੀ ਭੈਣ ਚੋਦੋ ਮਾਂ ਦੀ ਬਹੁਤ ਗੰਦ ਪਾਇਆ ਇਹਨਾਂ ਨੇ, ਭੈਣ ਚੋਦਾਂ ਨੇ। ਬਾਕੀ ਸਾਨੂੰ ਜਿਹੜੀ ਮੈਂ ਪਿਛਲੇ ਵੀਡੀਓ 'ਚ ਜਿਹੜੇ ਬੰਦੇ ਦੀ ਕੁੱਤੇਖਾਨੀ ਕਰ ਕੀਤੀ ਹੈ, ਉਹਨਾਂ ਦੇ ਵੀ ਮੈਸੇਜ ਆ ਰਹੇ ਨੇ ਸਾਨੂੰ, ਬੜੇ ਧੜਾ ਮੈਸੇਜ ਆ ਰਹੇ ਨੇ ਉਹਨਾਂ ਦੇ ਵੀ। ਅਤੇ ਬਾਕੀ ਉਹ ਜਿਹੜਾ ਮੋਸਟ ਅਵੇਟਡ ਕਪਲ ਹੈ, ਉਹਦੀ ਵੀ ਕੁੱਤੇਖਾਨੀ ਮੈਂ ਇੱਕ ਸਪੈਸ਼ਲ ਵੀਡੀਓ ਬਣਾ ਕਰਾਂਗਾ, ਤੁਸੀਂ ਥੋੜ੍ਹਾ ਜਿਹਾ ਟਾਈਮ ਦਿਓ ਮੈਨੂੰ, ਕਿਉਂਕਿ ਇੱਕ ਸਿਰਫ ਮੈਸੇਜ ਰਹਿ ਗਿਆ ਨਾ ਉਹਦਾ ਰੀਕਵਰ ਹੋਣ ਨੂੰ। ਮੇਰੇ ਕੋਲ ਮੈਸੇਜ ਡਿਲੀਟ ਹੋ ਗਏ ਸੀ, ਮੈਂ ਰਿਕਵਰ ਕੀਤੇ ਇੰਸਟਾਗ੍ਰਾਮ ਵਾਲਿਆਂ ਨੂੰ ਮੈਸੇਜ ਭੇਜੇ ਨੇ, ਉਹ ਕਿਸੇ ਬੰਦੇ ਨੇ ਕਰ ਛੱਡੇ ਸੀ, ਉਹ ਮੈਂ ਤੁਹਾਨੂੰ ਦੱਸਾਂਗਾ, ਸਹੀ ਸਟੋਰੀ ਦੱਸਾਂਗਾ ਵੀ ਉਸਦੇ ਬੰਦੇ ਦੀ ਮੈਨੂੰ ਵੀਡੀਓ ਕਿਉਂ ਕੱਟਣੀ ਪਈ ਸੀ। ਮੈਂ ਕਿਹਾ ਸੀ ਨਾ ਕਿ ਵੀਡੀਓ ਕੱਟੀ ਗਈ ਹੈ, ਜਿਹੜੇ ਬੰਦੇ ਮੇਰੇ ਨਾਲ ਬੜੇ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਮੈਂ ਇੱਕ ਵੀਡੀਓ ਬਣਾਈ ਸੀ ਇੱਕ ਜੋੜੇ 'ਤੇ ਨਾ, ਅਤੇ ਮੈਂ ਕਿਹਾ ਸੀ ਵੀਡੀਓ ਕੱਟੀ ਗਈ, ਉਹ ਵੀਡੀਓ ਕਿਉਂ ਕੱਟੀ ਗਈ ਸੀ ਉਹ ਸਾਰੇ ਮੈਂ ਤੁਹਾਨੂੰ ਡਿਟੇਲ ਦੱਸਾਂਗਾ। ਮਿਰਚ 'ਤੇ ਹੁਣ ਤੇਰੀ ਮੈਂ ਲਵਾਵਾਂਗਾ, ਅਤੇ ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਰੱਬ ਰਾਖਾ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।